ਭਾਈ ਆਕਿਬ ਸਾਹਿਬ ਸ਼ੇਰ ਪੇਸ਼ ਕਰ ਰਿਹਾ ਕਿ ਉਹ ਬਸ਼ਰ ਮਧੂ ਦਾ ਮਕਸਦ ਆਈ ਉਹ ਬਸ਼ਰ ਮਧੂ ਦਾ ਮਕਸਦ ਆਈ ਮੇਰੀ ਕੀਤੀ ਉਸ ਪਹਿਚਾਣ ਤਾਂ ਨਹੀਂ ਮੰਨੇ ਉਸ ਦੇ ਹੁਕਮ ਮੈਂ ਹੱਥ ਬਣ ਕੇ ਕੀਤਾ ਉਸ ਦਾ ਰੱਦ ਫਰਮਾਨ ਤਾਂ ਨਹੀਂ ਮੰਨੇ ਉਸ ਦੇ ਹੁਕਮ ਮੈਂ ਹੱਥ ਬਣ ਕੇ ਕੀਤਾ ਉਸ ਦਾ ਰੱਦ ਫਰਮਾਨ ਤਾਂ ਨਹੀਂ ਮੈਨੂੰ ਬੇਸ਼ੱਕ ਕੁਝ ਵੀ ਨਾ ਸਮਝੇ ਇਹ ਵੀ ਮੈਨੂੰ ਇਸ ਗੱਲ ਦਾ ਅਰਮਾਨ ਤਾਂ ਨਹੀਂ ਉਹ ਕਿਵੇਂ ਦਫ਼ਨ ਕਰਾਂ ਨੇ ਜ਼ੁਲਮ ਉਸਦੇ ਮੇਰਾ ਦਿਲ ਲੈ ਕਬਰਸਤਾਨ ਤਾਂ ਨਹੀਂ ਮਿਹਰਬਾਨੀ ਮੈਂ ਨਹਾਇਤ ਹੀ ਮਮਨੂਨ ਹਾਂ ਮੇਰੇ ਮੁਸਲ ਕਿਬਲਾ ਹਜ਼ਰਤ ਪੀਰ ਅਲੀ ਬਹਾਦਰ ਸਵੈਦਾ ਨਸ਼ੀਨ ਪੀਰਲ ਸਾਈਂ ਮੇਰੀ ਹੌਸਲਾ ਅਫਜ਼ਾਈ ਕਰਦੇ ਨੇ ਔਰ ਜਨਾਬ ਕਿਬਲਾ ਜ਼ੈਨ ਸ਼ਾਹ ਸ਼ਿਰਾਜ਼ੀ ਸਾਹਿਬ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਬੜੀ ਮਿਹਰਬਾਨੀ ਸ਼ੁਕਰੀਆ ਦੋਵਾਂ ਹਸਤੀਆਂ ਵਾਸਤੇ ਭਰਪੂਰ ਤਾਲੀਆਂ ਮੋੜ ਇਹੋ ਜਿਹੇ ਮਹਿਮਾਨ ਵਾਸਤੇ ਬੰਦਾ ਇੰਜ ਨਾ ਛੱਡੇ ਕਿ ਸਾਰੀ ਜ਼ਿੰਦਗੀ ਸਿਰ ਤੇ ਬਖਤਾਂ ਦਾ ਸ਼ਾਲਾ ਵਸਦਾ ਸਾਵਣ ਹੋਵੇ ਸਾਰੀ ਜ਼ਿੰਦਗੀ ਸਿਰ ਤੇ ਬਖਤਾਂ ਦਾ ਉਹ ਸ਼ਾਲਾ ਵਸਦਾ ਸਾਵਣ ਹੋਵੀ ਵਫਾਦਾਰੀਆਂ ਤੇ ਹਮਦਰਦੀਆਂ ਦਾ ਹੋਠਾਂ ਤੇ ਗਾਵਣ ਹੋਵੀ ਤੇ ਜ਼ੈਨ ਸ਼ਾਹ ਉਹ ਚੰਗੇ ਲੱਗਦਿਆਂ ਨਾਲ ਹਮੇਸ਼ਾ ਲਈ ਚੰਗੇ ਲੱਗਦਿਆਂ ਨਾਲ ਹਮੇਸ਼ਾ ਲਈ ਉਹ ਸੰਗ ਤੋੜ ਨਿਭਾਵਣ ਹੋਵੀ ਉਹ ਜਿਵੇਂ ਬਾਗ ਮੂਲਾ ਸੇ ਮੱਝ ਦਿਲ ਕਢਿਆਈ ਸ਼ਾਲਾ ਨਿਤ ਭਿਆਵਣ ਹੋਵੀ ਮਿਹਰਬਾਨੀ ਬੱਟੂ ਸਾਹਿਬ ਬੜੀ ਮਿਹਰਬਾਨੀ ਸਲਾਮਤ ਰਹੋ ਨਾ ਕੈਦ ਤੇ ਨਾ ਆਜ਼ਾਦ ਕੀਤੇ ਇੰਜ ਮਾਰ ਕੇ ਫਿਕਰ ਤੇ ਬੰਗੇ ਬਣ ਗਏ ਸਰਨਾਵਾ ਦੁਸ਼ਮਣ ਦਾ ਜਿਹੜੇ ਸੱਜਣ ਖੈਰਾਤ ਚ ਮੰਗੇ ਬਣ ਗਏ ਸਰਨਾਵਾ ਦੁਸ਼ਮਣ ਦਾ ਜਿਹੜੇ ਸੱਜਣ ਖੈਰਾਤ ਚ ਮੰਗੇ ਤੇ ਮੱਥੇ ਲੱਗਣ ਖੁਜਾ ਵਧਿਆ ਦੇ ਉਹ ਸਾਡੇ ਖੱਤਾਂ ਨੂੰ ਬਾਜ਼ਾਰ ਨਾ ਲੰਘੇ ਉਹ ਇਸੇ ਮਨਕ ਮੁਲਾਜ਼ਮ ਕਰ ਛੱਡਿਆ ਮੇਰੇ ਬੁੱਤ ਨੂੰ ਵਾਂਗ ਤਰੰਗੇ ਇੱਕ ਬੜਾ ਹੀ ਖੂਬਸੂਰਤ ਸ਼ੇਰ ਔਰ ਇਨਸ਼ਾਅੱਲਾ ਅਗਰ ਸ਼ੇਰ ਦਾ ਮਜ਼ਾ ਆਵੇ ਤਾਂ ਦਾ ਜ਼ਰੂਰ ਦੇਣੀ ਹੈ ਮੇਰੇ ਪਿਆਰੇ ਭਾਈ ਜਨਾਬ ਮੋਹਤਰਮ ਸਦਾਕਤ ਰਾਈ ਦੀ ਫਰਮਾਇਸ਼ ਆਈ ਪੁਰਜ਼ੋਰ ਕਿ ਲਾਜ਼ਮੀ ਦੋੜਾ ਸੁਣਾਉਣਾ ਹੈ ਕਿ ਕਈ ਫੈਰ ਤੇ ਮਾਰਨ ਦੁੱਖ ਨਹੀਂ ਲੱਗਦਾ ਕਿਸੇ ਬਸ਼ਰ ਦੀ ਗੱਲ ਦਾ ਫੱਟ ਹੁੰਦਾ ਹੈ ਉਹ ਪਰੇ ਵਿੱਚ ਢੇਰ ਬੁਲੰਦਾ ਹੈ ਜਿਹੜਾ ਅਸਲੀ ਚੋੜ ਚ ਫੱਟ ਹੁੰਦਾ ਹੈ ਉਹ ਪਰੇ ਵਿੱਚ ਢੇਰ ਬੁਲੰਦਾ ਹੈ ਜਿਹੜਾ ਅਸਲੀ ਚੋੜ ਚ ਫੱਟ ਹੁੰਦਾ ਹੈ ਤੇ ਜਿੰਦੇ ਜਿਸਮ ਵਿੱਚ ਖੂਨ ਹਲਾਲੀ ਨਹੀਂ ਉਹ ਵਫਾਦਾਰ ਮੁਲਾਜ਼ਮ ਘੱਟ ਹੁੰਦਾ ਹੈ ਉਹ ਵੀ ਭੱਜ ਕੇ ਗੱਲ ਕਰ ਲੈਂਦਾ ਹੈ ਜਿਹੜਾ ਆਪ ਜਾਣ ਦਾ ਲੱਤ ਹੁੰਦਾ ਹੈ ਖੁੱਲ ਕੇ ਤਾੜੀ ਮਾਰੋ ਸਲਾਮ 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 ਜੀ 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 ਡਰ ਕੋਈ ਨਾ ਉਹ ਨਾ ਦੁਸ਼ਮਣ ਨਾ ਕੋਈ ਚੋਰ ਆ ਉਹ ਕਮਜ਼ੋਰ ਇਮਾਨ ਨੂੰ ਕਰਕੇ ਆ ਨਾ ਉਹ ਵਕਤ ਮੁਲਾਜ਼ਮ ਹੋਰ
ਬੜੀ ਮਿਹਰਬਾਨੀ ਸ਼ੇਰ ਪੇਸ਼ ਕਰ ਰਿਹਾ ਕਿ ਸਾਨੂੰ ਸੱਜਣਾ ਇਹ ਜੋਣ ਤਨ ਛੱਡਿਆ ਜਿਵੇਂ ਖੂੰਜਰੇ ਜਾਲਦੇ ਹੁੰਦੇ ਨੇ ਉਹ ਲਾਣੇ ਮੁਸ਼ਕਿਲ ਕਰਦੇ ਹਿੰਜਿੰਗ ਦੇ ਕਾਰੇ ਸਾਲਦੇ ਹੁੰਦੇ ਨੇ ਤੇ ਕੁਝ ਵਕਤ ਪ੍ਰਸਤ ਮੁਲਾਜ਼ਮ ਹੁੰਦੇ ਨੇ ਕੁਝ ਲੋਕ ਕਮਾਲ ਦੇ ਹੁੰਦੇ ਉਹ ਵੇਲੇ ਭੀੜ ਦੇ ਮੋਢਿਆਂ ਨਾਲ ਹੁੰਦੇ ਨੇ ਜਿਹੜੇ ਖੂਨ ਹਲਾਲ ਦੇ ਹੁੰਦੇ ਨੇ ਖਸੂਸ ਬਲ ਖਸੂਸ ਜਨਾਬ ਕਿਬਲਾ ਜ਼ੈਨ ਸ਼ਾਹ ਸ਼ਿਰਾਜ਼ੀ ਉਹਨਾਂ ਦੇ ਦਮ ਸਰ ਤੇ ਸ਼ੇਰ ਪੇਸ਼ ਕਰ ਰਿਹਾ ਕਿ ਤੇਰਾ ਮੁਖੜਾ ਫੁੱਲ ਗੁਲਾਬ ਜਿਹਾ ਤੇਰੇ ਹੋਠ ਨੇ ਸ਼ਾਮ ਦੀ ਲਾਲੀ ਤੇਰੀ ਚੀਰਵੀ ਅੱਖ ਦਾ ਮੁੱਲ ਕੋਈ ਨਹੀਂ ਜ਼ੁਲਫਾਂ ਹੈ ਨਾਂਗ ਮਿਸਾਲੀ ਤੇ ਯਾ ਰੱਬ ਸਾਈਂ ਬਹਿ ਕੇ ਆਪ ਬਣਾਇਆ ਹੈ ਉਹ ਯਾ ਹੈ ਕਈ ਸ਼ਕਲ ਖਿਆਲੀ ਉਹ ਲੱਖਾਂ ਭੀਖ ਮੁਲਾਜ਼ਮ ਪਿਆਰ ਦੀ ਮੰਗਦੇ ਨੇ ਤੇਰੇ ਦਰ ਤੋਂ ਆਣ ਸਵਾਲੀ ਤੇ ਸ਼ੇਰ 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 ਜਨਾਬ ਮਲਕ ਅਰਸ਼ਾਦ ਬੱਟੂ ਸਾਹਿਬ ਉਹਨਾਂ ਦੀ ਫਰਮਾਇਸ਼ ਦੇ ਮੁਤਾਬਕ ਖੂਬਸੂਰਤ ਸ਼ੇਰ ਪੇਸ਼ ਕਰ ਰਹੇ ਹਾਂ ਕਿ ਜੇ ਆਪਣਾ ਸਮਝ ਕੇ ਹੱਥ ਨਪਿਆਈ ਕਿਸੇ ਹੋਰ ਦੀ ਸ਼ੌਕ ਨੂੰ ਮੰਗ ਛੱਡ ਦੇ ਕਦੀ ਰੁੱਸ ਪਵਣਾ ਕਦੀ ਰਸ ਪਵਣਾ ਨਿਤ ਨਿਤ ਦੀ ਕਰਨੀ ਜੰਗ ਛੱਡ ਦੇ ਹੁਣ ਸਬਰ ਮੁਲਾਜ਼ਮ ਨਹੀਂ ਹੁੰਦੇ ਉਹ ਨਵੇਂ ਰੋਜ਼ ਬਣਾਉਣੇ ਡੰਗ ਛੱਡ ਦੇ ਉਹ ਯਾ ਮੈਂ ਕਿਸੇ ਨਾਮ ਨੂੰ ਮੂੰਹ ਕਰਨਾ ਯਾ ਤੂੰ ਹਰ ਬਸ਼ਰ ਦਾ ਸੰਗ ਛੱਡ ਦੇ ਬੜੀ ਮਿਹਰਬਾਨੀ ਨਹੀਂ ਹੋ ਜਾਸੀ ਇਨਸ਼ਾ ਅੱਲਾਹ ਮੈਂ ਆਪਣੀ ਰਿਸ਼ਤਾ ਆਖਰੀ ਸ਼ੇਰ ਪੇਸ਼ ਕਰ ਰਿਹਾ ਹੁਣ ਡੋਬ ਤੇ ਭਾਵੇਂ ਤਾਰ ਸਜਣ ਤੇਰਾ ਦਿਲ ਮਜਬੂਰ ਦਾ ਜੱਜ ਹੈ ਇਨਸਾਫ ਜਨਾਬ ਤੇ ਸੱਟ ਕੱਟਿਆ ਕਿਹੜੀ ਹੋਰ ਮੈਂ ਗਤਨੀ ਲੱਜ ਜਾਈ ਤੇ ਤੇਰੀ ਸੰਗਤ ਮੁਲਾਜ਼ਮ ਉਜੜਿਆ ਦਾ ਓਏ ਅੱਲਾ ਜਾਣਦਾ ਸਾਇਜੇ ਕੱਜ ਜਾਈ ਉਹ ਤੇਰਾ ਇੱਕ ਵਾਰੀ ਹੱਸ ਕੇ ਤੱਕ ਲੱਭਣਾ ਮੇਰੇ ਵਾਸਤੇ ਸਤਵੀਂ ਅੱਜ ਜਾਈ ਬੜੀ ਮਿਹਰਬਾਨੀ ਸ਼ੇਰ ਜਾਂਦੀ ਬਾਕੀ ਜੇ ਦੁੱਖਾਂ ਦੀ ਫਾਸੀ ਉਹ ਗੱਲ ਪਾ ਗਿਆ ਏ ਮੈਂ ਹੁਣ ਕੋਈ ਨਹੀਂ ਦੱਸਣਾ ਉਹ ਸਹੁੰ ਚ ਆ ਗਿਆ ਏ ਮੁਲਾਜ਼ਮ ਆਉਂਦੇ ਨਾਵੇਂ ਗੁਰਬਤ ਚਲੇਸਾਂ ਜਿਹੜਾ ਉੱਠ ਕੇ ਅੱਖੇ ਚਾਹ ਉਹ ਆ ਗਿਆ ਸਾਨੂੰ